अच्छा जी, ठीक है, ओके ओके, मैं कह देना। हाँ जी, हाँ जी, रिपोर्टां देख लिया सीगियां। हाँ जी, हाँ जी, चलो ठीक है जी, ठीक है जी, ओके। ਬੇ ਕਿਹਦਾ ਫੋਨ ਆ ਮੁੰਡਿਆ? ਓਕੇ ਓਕੇ ਕਰੀ ਜਾਣਾ। ਮੰਮੀ, ਡਾਕਟਰ ਦਾ ਫੋਨ ਸੀਗਾ, ਉਹ ਕਹਿੰਦਾ ਵੀ ਤੇਰੀ ਮੰਮੀ ਦਾ ਕੋਲੈਸਟ੍ਰੋਲ ਵਧਿਆ ਹੋਇਆ, ਬਈ ਆ ਜਿਹੜੀਆਂ ਚੀਜ਼ਾਂ ਖਾਂਦੀ ਆ, ਪਰੌਂਠੇ ਹੋ ਗਏ, ਯੇ ਵੋ, ਤੇਲ ਤੂਲ, ਇਹ ਨਹੀਂ ਖਾਣਾ, ਸਿਰਫ ਲਾਈਟ ਚੀਜ਼ ਹੀ ਖਾਣੀ ਆ। ਹਾਏ, ਸਿਰਫ ਲਾਈਟ ਹੀ ਖਾਣੀ ਆ? ਹਾਂ ਮੰਮੀ, ਬਸ ਹੁਣ ਐਵੇਂ ਜ਼ਿਆਦਾ ਫਾਲਤੂ ਚੀਜ਼ਾਂ ਨਾ ਖਾ, ਜਿੱਦਾਂ ਡਾਕਟਰ ਨੇ ਕਿਹਾ ਉੱਦਾਂ ਫੋਲੋ ਕਰਨਾ ਪੈਣਾ, ਦੇਖ ਲਾ, ਨਹੀਂ ਤਾਂ ਕੋਲੈਸਟ੍ਰੋਲ ਦਾ ਲੈਵਲ ਆਪ ਜ਼ਿਆਦਾ ਹੀ ਹੋ ਜਾਣਾ, ਤਾਂ ਮੈਂ ਮਰਨ ਆਲਮਾ। ਕਮਾਲ ਹੋ ਗਈ ਵੀ ਲਾਈਟ ਖਾਣ ਨਾਲ ਵੀ ਬੰਦੇ ਠੀਕ ਹੋ ਜਾਂਦੇ ਨੇ, ਮੈਨੂੰ ਤਾਂ ਪਤਾ ਹੀ ਬਾਹਰ ਆ ਕੇ ਲੱਗਿਆ। ਨਹੀਂ, ਮੈਂ ਤਾਂ ਇੰਡੀਆ ਚਰਨੋਂ ਨੂੰ ਫੋਨ ਕਰਦੀ ਹਾਂ ਵੀ ਤੇਰੇ ਵੀ ਤਾਂ ਗੋਡੇ ਦੁਖਦੇ ਨੇ, ਵੀ ਲਾਈਟ ਖਾਣ ਨਾਲ ਠੀਕ ਹੋ ਜਾਣਗੇ। ਹਾਂ, ਹੈਲੋ ਚਰਨੋਂ। ਨਹੀਂ, ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਲਾਈਟ ਖਾਣ ਨਾਲ ਬੰਦਾ ਠੀਕ ਹੋ ਜਾਂਦਾ, ਮੈਨੂੰ ਡਾਕਟਰ ਨੇ ਲਾਈਟ ਖਾਣ ਨੂੰ ਕਹਿਤਾ। ਦੇਖ ਤੇਰੇ ਕਿੰਨੇ ਗੋਡੇ ਦਰਦ ਕਰਦੇ ਨੇ, ਤੂੰ ਵੀ ਲਾਈਟ ਖਾਇਆ ਕਰ, ਨਾਲੇ ਤੁਹਾਨੂੰ ਤਾਂ ਹੁਣ ਬੜਾ ਸੌਖਾ, 360 ਤਾਂ ਹੁਣ ਚੰਨੀ ਨੇ ਫਰੀ ਕਰਤੀ ਹੈ ਨਾ। ਪਰ ਮੈਂ ਇਹ ਨਹੀਂ ਪੁੱਛਿਆ ਡਾਕਟਰ ਨੂੰ ਵੀ ਤਾਰਾਂ ਅਤੇ ਦੰਦੀਆਂ ਵੱਢਾਂ ਇੱਕ ਬਲਬ ਮੂੰਹ 'ਚ ਪਾ ਕੇ ਸੁੱਚ ਲਾਉਣੀ ਆ, ਇਹ ਮੈਂ ਤੈਨੂੰ ਫਿਰ ਮੈਂ ਪੁੱਛ ਕੇ ਦੱਸੂੰਗੀ ਵੀ ਕਿਵੇਂ ਖਾਣੀ ਆ ਲਾਈਟ। ਪਰ ਲਾਈਟ ਖਾਇਆ ਕਰ ਜ਼ਰੂਰ। ਆਹੋ ਠੀਕ ਆ, ਅੱਜ ਪਹਿਲਾਂ ਨਾ ਮੈਂ ਮੋਬਾਈਲ ਦੀ ਉਹ ਲਾਈਟ ਖਾ ਕੇ ਦੇਖਦੀ ਹਾਂ। ਮੰਮੀ ਆ ਕੀ ਲਾਈਟਾਂ ਹੀ ਮਰੀਆਂ ਨੇ ਮੰਮੀ ਵਿੱਚ, ਆ ਕਰੀ ਜਾਂਦੀਆਂ ਬੇ ਰੁੜ ਜਾਣੇ ਆ। ਤਹੀਂ ਕਿਹਾ ਵੀ ਲਾਈਟ ਖਾਣੀ ਆ, ਡਾਕਟਰ ਨੇ ਆਖਿਆ। ਹੁਣ ਮੈਨੂੰ ਇਹ ਨਹੀਂ ਪਤਾ ਮੈਂ ਤਾਰਾਂ 'ਤੇ ਡੰਡੀ ਦੰਦੀ ਵੱਢਾਂ ਕਿ ਮੈਂ ਬਲਬ 'ਤੇ ਦੰਦੀ ਵੱਢਾਂ ਕਿ ਮੈਂ ਮੋਬਾਈਲ ਵਾਲੀ ਲਾਈਟ ਲਵਾਂ, ਇਹ ਤਾਂ ਮੈਨੂੰ ਸਮਝਾ ਜਾਂਦਾ ਵੀ ਕਿਵੇਂ ਖਾਣੀ ਆ। ਮੰਮੀ, ਬਿਜਲੀ ਨਹੀਂ ਖਾਣੀ ਹੈਗੀ, ਲਾਈਟ ਖਾਣਾ ਮਤਲਬ ਹਲਕਾ ਹਲਕਾ ਫੁਲਕਾ ਭੋਜਨ ਜਿਹਨੂੰ ਕਹਿੰਦੇ ਹੁੰਦੇ ਨੇ, ਵੀ ਹਲਕਾ ਹਲਕਾ ਖਾਣਾ, ਖਿਚੜੀ ਟਾਈਪ ਖਾ ਲੈਣੀ ਆ, ਸਲਾਦ ਸਲੂਦ ਖਾ ਲੈਣਾ, ਤਲੀਆਂ ਚੀਜ਼ਾਂ ਨਹੀਂ ਖਾਣੀਆਂ। ਉਹ ਲਾਈਟ ਖਾਣੇ ਦੀ ਗੱਲ ਕਰਦਾ ਸੀ ਮੈਂ, ਬਿਜਲੀ ਨਹੀਂ ਵੀ ਕਰੰਟ ਲਵਾ ਲਓ, ਪਲੱਗਾਂ 'ਚ ਹੱਥ ਪਾ ਲਓ, ਉਂਗਲੀਆਂ ਪਾ ਲਓ, ਸਰੇ ਹੀ ਪਿਆ ਤੁਹਾਡਾ ਵੀ। ਹਾਏ ਹਾਏ, ਵੀ ਮੈਂ ਤਾਂ ਚਰਨ ਨੂੰ ਫੋਨ ਕਰਤਾ, ਕਿਤੇ ਹੋਰ ਨਾ ਕਮਲੀ ਪਲੱਗ 'ਚ ਹੱਥ ਦੇ ਲਵੇ, ਆਪਣੀ ਜਹਿ ਜਾਂਦੀ ਕਰ ਲਵੇ, ਮੈਂ ਤਾਂ ਲਿਆ ਉਹਨੂੰ ਫੋਨ ਕਰਾਂ।